ਮੱਲਾਂ ਨੇ ਤੇ ਡਾਕਟਰ ਅਮਨ ਅਰੋੜਾ ਐਮਐਲਏ ਨੂੰ ਵਾਰਡ ਦੇ ਅੰਦਰ ਝਾੜੂ ਵਾਲੇ ਸਰਪੰਚੀ ਜਿੱਤ ਤੁਹਾਨੂੰ ਆ ਦੇਖੋ ਸਿਕਿਉਰਿਟੀ ਲੈ ਕੇ ਆਏ ਅਮਨ ਅਰੋੜਾ ਆ ਖੜੇ ਹੁਣ ਐ ਨੀ ਅੰਦਰ ਵਾੜਨ ਦਿੰਦੇ ਫਿਰ ਸਾਰਾ ਪਿੰਡ ਸਰਪੰਚ ਆਲਾ ਤੇ ਹਜੇ ਅਮਨ ਅਰੋੜਾ ਨੂੰ ਵਾਰਡ ਦੇ ਅੰਦਰ ਐ ਨੀ ਜਾਂਦੇ ਗੇ ਅਮਨ ਅਰੋੜਾ ਨੂੰ ਵਾਰਡ ਦੇ ਅੰਦਰ ਹੁਣ ਐਮ ਐਲ ਏ ਨੂੰ ਹੁਣ ਜਿੱਤ ਦੇਣੀ ਨਾ ਹੈ ਆ ਵੀ ਇੱਧਰ ਵੀ ਝੋਟੇ ਫਿਰ ਪੂਰੇ ਐਂਡਲੈਸ ਵਾਲੇ ਸਕਿਉਰਿਟੀ ਲਾਈ ਆ ਸਾਡੀ ਵੀ ਹੈ ਐ ਨੀ ਜਾਂਦਾ ਅੰਦਰ ਆ ਖੜੀ ਡਾਕਟਰ ਅਮਨ ਅਰੋੜਾ ਐਮ ਐਲ ਏ ਸਾਹਿਬ ਅਮਨਦੀਪ ਅਰੋੜਾ ਮੁਰਦਾਬਾਦ 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 ਪੰਚਾਇਤੀ ਚੋਣਾਂ ਦੌਰਾਨ ਜਿਵੇਂ ਹੀ ਬੂਥ ਤੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਪਹੁੰਚੀ ਤਾਂ ਲੋਕਾਂ ਨੇ ਗਾਹ ਪਾ ਲਿਆ। ਇਸ ਮੌਕੇ ਮਾਹੌਲ ਕਾਫੀ ਤਣਾਅਪੂਰਨ ਹੁੰਦਾ ਨਜ਼ਰ ਆਇਆ ਜਦੋਂ ਲੋਕਾਂ ਨੇ ਵਿਧਾਇਕਾ ਨੂੰ ਘੇਰਾ ਪਾ ਲਿਆ। ਜਿਵੇਂ ਹੀ ਵਿਧਾਇਕਾ ਗੱਡੀ ਤੋਂ ਥੱਲੇ ਉਤਰਦਿਆਂ ਉਸੇ ਸਮੇਂ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਤਸਵੀਰਾਂ ਇਹ ਮੋਗਾ ਦੇ ਪਿੰਡ ਮਾਲੀਆਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਜ਼ਬਰਦਸਤ ਵਿਰੋਧ ਵੇਖਣ ਨੂੰ ਮਿਲਿਆ। ਵਿਧਾਇਕਾ ਅਮਨਦੀਪ ਕੌਰ ਅਰੋੜਾ ਦਾ ਵਿਰੋਧ ਹੋਇਆ। ਚੋਣਾਂ ਦੌਰਾਨ ਬੂਥ ਤੇ ਵਿਧਾਇਕਾ ਪਹੁੰਚੀ ਸੀ ਪਰ ਉਸੇ ਵੇਲੇ ਮਾਹੌਲ ਤਣਾਅਪੂਰਨ ਬਣਦਾ ਨਜ਼ਰ ਆਇਆ। ਲੋਕਾਂ ਨੇ ਜ਼ਬਰਦਸਤ ਨਾਰੇ ਵੀ ਲਗਾਏ। ਹਾਲਾਂਕਿ ਇਸ ਮੌਕੇ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਲੋਕ ਸ਼ਾਂਤ ਹੁੰਦੇ ਨਜ਼ਰ ਨਹੀਂ ਆਏ। ਇਹ ਤਸਵੀਰਾਂ ਮੋਗਾ ਦੇ ਪਿੰਡ ਮਾਲੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਦਾ ਵਿਰੋਧ ਹੋਇਆ। ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਮੋਗਾ ਦੇ ਇੱਕ ਹੋਰ ਪਿੰਡ ਕੋਟਲਾ ਮਹਿਰ ਦੇ ਵਿੱਚ ਵੀ ਗੋਲੀ ਚੱਲੀ ਸੀ ਜਿੱਥੇ ਦੋ ਫਾਇਰ ਹੋਏ ਸਨ ਪਰ ਹੁਣ ਇਹ ਤਸਵੀਰ ਮੋਗਾ ਦੇ ਹੀ ਪਿੰਡ ਮਾਲੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਦਾ ਵਿਰੋਧ ਹੁੰਦਾ ਨਜ਼ਰ ਆਇਆ। ਮੱਲਾਂ ਨੇ ਤੇ ਡਾਕਟਰ ਅਮਨ ਅਰੋੜਾ ਐਮ ਐਲ ਏ ਨੂੰ ਵਾਰਡ ਦੇ ਅੰਦਰ ਝਾੜੂ ਵਾਲੇ ਸਰਪੰਚੀ ਜਿੱਤ ਤੁਹਾਨੂੰ ਆ ਦੇਖੋ ਸਿਕਿਉਰਿਟੀ ਲੈ ਕੇ ਆਏ ਅਮਨ ਅਰੋੜਾ ਆ ਖੜੇ ਹੁਣ ਐ ਨੀ ਅੰਦਰ ਵਾੜਨ ਦਿੰਦੇ ਫਿਰ ਸਾਰਾ ਪਿੰਡ ਸਰਪੰਚ ਆਲਾ ਤੇ ਹਜੇ ਅਮਨ ਅਰੋੜਾ ਨੂੰ ਵਾਰਡ ਦੇ ਅੰਦਰ ਐ ਨੀ ਜਾਂਦੇ ਗੇ ਅਮਨ ਅਰੋੜਾ ਨੂੰ ਵਾਰਡ ਦੇ ਅੰਦਰ ਹੁਣ ਐਮ ਐਲ ਏ ਨੂੰ ਹੁਣ ਜਿੱਤ ਦੇਣੀ ਨਾ ਹੈ ਆ ਵੀ ਇੱਧਰ ਵੀ ਝੋਟੇ ਫਿਰ ਪੂਰੇ ਐਂਡਲੈਸ ਵਾਲੇ ਸਕਿਉਰਿਟੀ ਲਾਈ ਆ ਸਾਡੀ ਵੀ ਹੈ ਐ ਨੀ ਜਾਂਦਾ ਅੰਦਰ ਆ ਖੜੀ ਡਾਕਟਰ ਅਮਨ ਅਰੋੜਾ ਐਮ ਐਲ ਏ ਸਾਹਿਬ ਅਮਨਦੀਪ ਅਰੋੜਾ ਮੁਰਦਾਬਾਦ 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 ਪੰਚਾਇਤੀ ਚੋਣਾਂ ਦੌਰਾਨ ਜਿਵੇਂ ਹੀ ਬੂਥ ਤੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਪਹੁੰਚੀ ਤਾਂ ਲੋਕਾਂ ਨੇ ਗਾਹ ਪਾ ਲਿਆ। ਇਸ ਮੌਕੇ ਮਾਹੌਲ ਕਾਫੀ ਤਣਾਅਪੂਰਨ ਹੁੰਦਾ ਨਜ਼ਰ ਆਇਆ ਜਦੋਂ ਲੋਕਾਂ ਨੇ ਵਿਧਾਇਕਾ ਨੂੰ ਘੇਰਾ ਪਾ ਲਿਆ। ਜਿਵੇਂ ਹੀ ਵਿਧਾਇਕਾ ਗੱਡੀ ਤੋਂ ਥੱਲੇ ਉਤਰਦਿਆਂ ਉਸੇ ਸਮੇਂ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਤਸਵੀਰਾਂ ਇਹ ਮੋਗਾ ਦੇ ਪਿੰਡ ਮਾਲੀਆਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਜ਼ਬਰਦਸਤ ਵਿਰੋਧ ਵੇਖਣ ਨੂੰ ਮਿਲਿਆ। ਵਿਧਾਇਕਾ ਅਮਨਦੀਪ ਕੌਰ ਅਰੋੜਾ ਦਾ ਵਿਰੋਧ ਹੋਇਆ। ਚੋਣਾਂ ਦੌਰਾਨ ਬੂਥ ਤੇ ਵਿਧਾਇਕਾ ਪਹੁੰਚੀ ਸੀ ਪਰ ਉਸੇ ਵੇਲੇ ਮਾਹੌਲ ਤਣਾਅਪੂਰਨ ਬਣਦਾ ਨਜ਼ਰ ਆਇਆ। ਲੋਕਾਂ ਨੇ ਜ਼ਬਰਦਸਤ ਨਾਰੇ ਵੀ ਲਗਾਏ। ਹਾਲਾਂਕਿ ਇਸ ਮੌਕੇ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਲੋਕ ਸ਼ਾਂਤ ਹੁੰਦੇ ਨਜ਼ਰ ਨਹੀਂ ਆਏ। ਇਹ ਤਸਵੀਰਾਂ ਮੋਗਾ ਦੇ ਪਿੰਡ ਮਾਲੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਦਾ ਵਿਰੋਧ ਹੋਇਆ। ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਮੋਗਾ ਦੇ ਇੱਕ ਹੋਰ ਪਿੰਡ ਕੋਟਲਾ ਮਹਿਰ ਦੇ ਵਿੱਚ ਵੀ ਗੋਲੀ ਚੱਲੀ ਸੀ ਜਿੱਥੇ ਦੋ ਫਾਇਰ ਹੋਏ ਸਨ ਪਰ ਹੁਣ ਇਹ ਤਸਵੀਰ ਮੋਗਾ ਦੇ ਹੀ ਪਿੰਡ ਮਾਲੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਦਾ ਵਿਰੋਧ ਹੁੰਦਾ ਨਜ਼ਰ ਆਇਆ।